ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਆਸਟ੍ਰੇਲੀਆ ਦਾ ਟੂਰ ਬਾਤਵੀ ਤੇ ਖਾਸਵੀ ਦੇ ਵਿੱਚ ਸਾਡੇ ਨਾਲ ਨੇ ਇੱਕ ਹੋਰ ਫਾਰਮਰ। ਕੇਲਿਆਂ ਦੇ ਫਾਰਮ ਦੀ ਨੌਲੇਜ ਮੈਨੂੰ ਮਿਲ ਗਈ, ਮੈਨੂੰ ਗੰਨਿਆਂ ਦੀ ਨੌਲੇਜ ਦਿਓ ਕਿ ਇੱਥੇ ਕੀ ਹਿਸਾਬ ਕਿਤਾਬ ਹੁੰਦਾ। ਇੱਕ ਵਾਰੀ ਕਟਿੰਗ ਹੋਣ ਤੋਂ ਪਹਿਲਾਂ ਪਲਾਂਟਿੰਗ ਕਰਨੀ ਪੈਂਦੀ ਹੈ, 3-4 ਸਾਲ ਬਾਅਦ, 5 ਸਾਲ ਬਾਅਦ ਉਹਦੀ ਮਿਲ। ਉਰੇ ਚੀਨੀ ਆਪ ਹੀ ਬਣਦੀ ਹੈ, ਸ਼ੂਗਰ ਮਤਲਬ ਬਣਾਉਂਦੀ ਹੈ? ਨਹੀਂ, ਚਾਈਨਾ ਤੋਂ ਕਰਾਉਂਦੇ ਹਾਂ। ਤੁਸੀਂ ਕਿੰਨੀ ਕੁ ਖੇਤੀ, ਕਿੰਨੇ ਏਕੜ ਚ ਕਰਦੇ ਹੋ ਫਾਰਮਿੰਗ ਆਪਣੀ? ਇੱਥੇ ਫਿਲਹਾਲ ਮੇਕੋ 85 ਉੱਪਰ ਜੀ ਆਣ ਤਾਂ ਕੋਈ ਚੱਕਰ ਨੀ। ਆਪਣੇ ਇੰਡੀਅਨ ਬੰਦਿਆਂ ਨੂੰ ਤਾਂ ਆਪਾਂ ਜਾਣਾ ਹੀ ਆ, ਵਧੀਆ ਆਪਣੇ ਇੰਡੀਅਨ ਬੰਦੇ ਕੰਮ ਨੂੰ ਵਧੀਆ। ਇੱਥੇ ਜੇ ਮੈਂ ਕਹਿ ਲਓ ਕੀਟਨਾਸ਼ਕ ਉਹ ਚੀਜ਼ਾਂ ਨੂੰ ਸਪਰੇਅ ਨੁਕਸਾਨ ਤਾਂ ਨਹੀਂ ਕਰਦੀਆਂ ਫਲ ਫਰੂਟਾਂ ਨੂੰ? ਨਹੀਂ, ਇੱਥੇ ਜ਼ਿਆਦਾ ਡੇਂਜਰ ਜਿਹੜੀ ਉਹ ਰੱਖਦੇ ਨਹੀਂ, ਕਿਉਂਕਿ ਬੈਨ ਕਰੀ ਜਾਂਦੀ ਜਿਹੜੀ, ਉਹ ਕਿਉਂਕਿ ਸਾਨੂੰ ਲੱਭਣੀਆਂ ਨਹੀਂ ਪੈਂਦੀਆਂ ਚੀਜ਼ਾਂ, ਸਰਕਾਰ ਗੌਰਮੈਂਟ ਪ੍ਰੋਵਾਈਡ ਕਰਾਉਂਦੀ ਈਜ਼ੀਲੀ, ਫਿਰ ਇੱਥੇ ਫਾਰਮਿੰਗ ਕਰਨੀ ਈਜ਼ੀਲੀ ਹੈ। ਪੰਜਾਬ 'ਚ ਬਾਈ ਹੋਣਾ ਦਾ ਵੀ ਕਹਿਣਾ ਵੀ ਟੂਲ ਨੂੰ ਲੈ ਕੇ, ਖਾਦਾਂ ਨੂੰ ਲੈ ਕੇ, ਤੁਹਾਨੂੰ ਪਤਾ ਹੀ ਹੈ ਨਾ ਵੀ ਕਿੰਨਾ ਸਟਰਗਲ ਕਰਨਾ ਪੈਂਦਾ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਆਸਟ੍ਰੇਲੀਆ ਦਾ ਟੂਰ ਬਾਤਵੀ ਤੇ ਖਾਸਵੀ ਦੇ ਵਿੱਚ ਸਾਡੇ ਨਾਲ ਨੇ ਇੱਕ ਹੋਰ ਫਾਰਮਰ, ਸਾਡੇ ਬਾਈ ਜੀ। ਬਾਈ ਜੀ ਕੀ ਹਾਲ ਚਾਲ? ਕੀ ਨਾਮ ਆ ਤੁਹਾਡਾ ਪਹਿਲਾਂ? ਮੇਰਾ ਨਾਮ ਲਾਡੀ ਜੀ। ਪੰਜਾਬ ਤੋਂ ਕਿੱਥੇ ਤੁਸੀਂ? ਨਵਾਂ ਸ਼ਹਿਰ ਤੋਂ। ਖੇਤੀਬਾੜੀ ਪੰਜਾਬ ਨਾਲ ਜੁੜਿਆ ਕੀਤਾ ਹੈ ਨਾ? ਹਾਂਜੀ। ਉਰੇ ਵੀ ਤੁਸੀਂ ਕਰਦੇ ਹੋ ਖੇਤੀ ਕੇਲੇ ਦੇ ਫਾਰਮ ਦੀ? ਹਾਂਜੀ। ਤੇ ਗੰਨਿਆਂ ਦੇ ਫਾਰਮ ਦੀ? ਹਾਂਜੀ। ਕੇਲਿਆਂ ਦੇ ਫਾਰਮ ਦੀ ਨੌਲੇਜ ਮੈਨੂੰ ਮਿਲ ਗਈ, ਮੈਨੂੰ ਗੰਨਿਆਂ ਦੀ ਨੌਲੇਜ ਦਿਓ ਵੀ ਇੱਥੇ ਕੀ ਹਿਸਾਬ ਕਿਤਾਬ ਹੁੰਦਾ। ਗੰਨੇ ਤਾਂ ਈਜ਼ੀ ਹੈ ਜੀ ਕੰਮ। ਅੱਛਾ। ਹਾਂਜੀ, ਸਟਾਰਟਿੰਗ ਵਿੱਚ ਹੀ ਹੈ, ਜਦੋਂ ਵੀ ਇੱਕ ਵਾਰੀ ਕਟਿੰਗ ਹੋਣ ਤੋਂ ਪਹਿਲਾਂ ਪਲਾਂਟਿੰਗ ਕਰਨੀ ਪੈਂਦੀ ਹੈ, 3-4 ਸਾਲ ਬਾਅਦ, 5 ਸਾਲ ਬਾਅਦ ਉਹਦੀ, ਨਹੀਂ ਤਾਂ ਕੰਟੀਨਿਊ ਚੱਲੀ ਜਾਂਦਾ। ਇੰਡੀਆ ਵੀ ਆਪਣੇ ਇੱਦਾਂ ਹੀ ਚੱਲ ਰਹੀ ਆ। ਓਕੇ। ਹਾਂਜੀ, ਬਾਕੀ ਸਟਾਰਟਿੰਗ ਵਿੱਚ ਸਪਰੇਅ ਸਾਡਾ 1-2 ਵਾਰੀ ਕਰਨੀਆਂ ਪੈਂਦੀਆਂ, ਮੁੜ ਕੇ ਨਹੀਂ ਹੈਗਾ, ਮੁੜ ਕੇ ਮਿਲ ਵਾਲੇ ਆ। ਮਿਲ ਉਰੇ ਚੀਨੀ ਆਪ ਹੀ ਬਣਦੀ ਹੈ, ਸ਼ੂਗਰ ਮਤਲਬ ਬਣਾਉਂਦੀ ਹੈ? ਮੇਰੇ ਖਿਆਲ ਮੈਨੂੰ ਲੱਗਦਾ ਵੀ ਪੱਕਾ ਸ਼ੋਰ ਤਾਂ ਹੈ ਨਹੀਂ 100% ਮੈਂ ਇਹ। ਓਕੇ। ਅਤੇ ਨਹੀਂ, ਚਾਈਨਾ ਤੋਂ ਕਰਾਉਂਦੇ ਆ, ਆਪਣੇ ਗੰਨੇ ਚੁੱਪੜੇ ਹੁਣ ਲਿਆਉਂਦੇ ਹੋ? ਗੰਨੇ ਕੋਈ ਚੱਕਰ ਨਹੀਂ, ਮੈਂ ਤਾਂ ਪਹਿਲਾਂ ਹੀ ਗੱਡੀ 'ਚ ਬਹਿ ਕੇ ਚੂਪ ਲਏ ਹੋਏ ਸੀ। ਐ ਵੀ ਗਰੇ ਵਾਲਾ ਬਾਈ ਮੇਰੇ ਨਾਲ, ਬਾਈ ਨੇ ਮੈਨੂੰ ਵੱਟ ਕੇ ਦਿੱਤਾ ਤੇ ਮੈਂ ਚੂਪ ਲਏ। ਬਹੁਤ ਮਿੱਠਾ ਹੈ ਨਾ। ਬੋਰੀਆਂ ਜਿਹੜੀਆਂ ਨੇ ਨਾ ਗੰਨੇ ਦੀਆਂ, ਹੈਗੀਆਂ ਲੰਮੀਆਂ ਨੇ ਪਰ ਹੈਗੀਆਂ ਛੋਟੀਆਂ ਨੇ, ਪਤਲਾ ਗੰਨਾ ਆ। ਹਾਂ, ਮੋਟਾ ਨਹੀਂ, ਉੱਥੇ ਆਪਣੇ ਪੰਜਾਬ 'ਚ ਤਾਂ ਮੋਟਾ ਗੰਨਾ ਹੁੰਦਾ। ਹੈਗੇ ਇੱਥੇ ਕਈ ਹੈਗੇ, ਕਈ ਜਗ੍ਹਾ ਹੈਗਾ ਗੰਨਾ ਮੋਟਾ ਵੀ ਇੱਥੇ। ਅੱਛਾ ਜੀ। ਹਾਂਜੀ, ਬਾ ਜ਼ਿਆਦਾਤਰ ਉਹ ਪਤਲਾ ਹੀ ਆ ਗੰਨਾ। ਮੈਂ ਨਾ ਜਿਵੇਂ ਆਪਾਂ ਕਹਿ ਲਓ ਵੀ ਪਹਿਲਾਂ ਬਾਪੂ ਜਣਾ ਤੋਂ ਪੁੱਛਿਆ, ਮੈਂ ਕਿਹਾ ਕੇਲੇ ਖਾ ਲੈਂਦੇ ਹੋ? ਕਹਿੰਦੇ ਨਹੀਂ, ਅਸੀਂ ਘੱਟ ਹੀ ਖਾਂਦੇ ਹਾਂ। ਤੁਸੀਂ ਕਿਵੇਂ ਇੰਜੋਏ ਕਰਦੇ ਹੋ ਆਪਣੀ ਖੇਤੀਬਾੜੀ ਨੂੰ? ਕਿੱਦਾਂ ਬਈ, ਖਾਣ ਵੀ ਖਾਣ ਪੀਣ ਦੇ ਵੀ ਮਨ ਤਾਂ ਨਹੀਂ ਆ ਵੀ ਰੋਜ਼? ਹੁਣ ਜੇ ਇੱਥੇ ਵੂਲਵਰਥ 'ਚ ਜਾਂਦੇ ਹੋ ਕੇਲੇ ਖਰੀਦ ਲੈਂਦੇ ਹੋ? ਨਹੀਂ, ਖਰੀਦ ਲਈ ਪਰ ਇਹ ਘਰੇ ਰਾਈਪ ਕਰ ਲਈ ਦੀ ਯਾਰ। ਅੱਛਾ। ਆਪਾਂ ਜਦੋਂ ਪੈਕਿੰਗ ਦਾ ਬਾਅਦ ਜਿੱਦਾਂ ਹੈਡੋ ਹੈਂਡ ਲੈ ਗਿਆ ਘਰਾਂ ਨੂੰ, ਓਕੇ, ਉਹ ਸਪਰੇਅ ਮਾਰ ਕੇ ਰੱਖ ਲੈਣੇ ਘਰ। ਓਕੇ।
ਉਹ ਖਾ ਲੈਣੇ ਆ, ਜਿੱਦਾਂ ਨਿਆਣੇ ਵੀ ਖਾਂਦੇ ਆ, ਸਕੂਲ ਲੈ ਕੇ ਜਾਂਦੀ ਆ ਉਹਨਾਂ ਨਾਲ। ਮੈਂ ਨਾ ਵੀਰ ਜੀ ਤੁਹਾਡੇ ਤੋਂ ਨੌਲੇਜ ਲਊਂਗੀ ਬਣਾਉਣੇ ਦੀ, ਤੇ ਪਹਿਲਾਂ ਵੀ ਚਲੋ ਬਾਪੂ ਜੀ ਹੁਣ ਨਾ ਗੱਲ ਹੋਈ, ਖਾਸ ਮਿੱਤੋ ਗੱਲ ਹੀ ਮੇਰੇ, ਪਰ ਬਾਅਦ ਚੋਂ ਯਾਦ ਹੈ ਪੰਜਾਬ 'ਚ ਜਦੋਂ ਆਪਾਂ ਹੁਣ ਕੇਲੇ ਜਾਂ ਇੰਡੀਆ 'ਚ ਜਦੋਂ ਲਈਏ, ਤੁਸੀਂ ਦੇਖੋ ਕਿ ਕੇਲੇ ਜਦੋਂ ਆਪਾਂ ਛਿਲਕਾ ਤੋੜਦੇ ਨਾ ਭੁਰੀ ਜਾਂਦਾ, ਕੇਲੇ ਦਾ ਛਿਲਕਾ ਹੀ ਟੁੱਟੀ ਜਾਂਦਾ। ਇੱਥੇ ਜਦੋਂ ਆਪਾਂ ਖਾਂਦੇ ਆਸਟ੍ਰੇਲੀਆ ਜਾਂ ਕਿਸੇ ਹੋਰ ਕੰਟਰੀ ਦਾ ਕੇਲਾ ਤਾਂ ਮੈਂ ਕਦੇ ਖਾਧਾ ਨਹੀਂ, ਵੈਸੇ ਇੱਥੇ ਦੀ ਖਾਧਾ, ਕੇਲੇ ਦਾ ਛਿਲਕਾ ਹੀ ਬਹੁਤ ਹਾਰਡ ਹੁੰਦਾ ਤੇ ਕੇਲਾ ਵਿੱਚੋਂ ਵਧੀਆ ਹੁੰਦਾ। ਪੰਜਾਬ ਦਾ ਕੇਲਾ ਇੰਨਾ ਉਹ ਨਹੀਂ ਹੁੰਦਾ ਵੀ ਉਹ ਜਿਵੇਂ ਕੈਮੀਕਲ ਨਾਲ ਪਕਾਇਆ ਜਾਂਦਾ ਜਾਂ ਨੁਕਸਾਨਦੇਹ ਹੁੰਦਾ, ਜਿਵੇਂ ਉਹ ਕੀ ਕਹੋਗੇ? ਨਹੀਂ ਮੈਨੂੰ ਕਹਿੰਦਾ ਕੈਮੀਕਲ ਹੈ, ਮੈਂ ਖਾਰ ਖੂਰ ਦਾ ਕੋਈ ਇਸ਼ੂ ਹੋਊਗਾ, ਕੋਈ ਜਿੱਦਾਂ ਘਾਟ ਜ਼ਮੀਨ ਦੇ ਵਿੱਚ ਕੋਈ ਚੀਜ਼ ਉਹਦੇ ਕਰਕੇ ਭੁਰਦਾ ਹੋਊਗਾ ਬਣਾਉਣਾ ਜਾਂ ਛਿੱਲੜ ਜਾਂ ਤੁਸੀਂ ਕਹਿੰਦੇ ਟੁੱਟੀ ਜਾਂਦਾ ਆ। ਹਾਂਜੀ, ਪਰ ਮੈਨੂੰ ਲੱਗਦਾ ਕੈਮੀਕਲ ਦਾ ਨਹੀਂ ਇੰਨਾ ਖੁਆਲ ਸੀ, ਕਿਉਂਕਿ ਜ਼ਿਆਦਾਤਰ ਆਪਣੇ ਵੀ ਦੀਦੀ ਨਾਲ ਪਕਾਉਂਦੇ ਆ ਕੋਲੇ ਦੇ ਨਾਲੇ, ਮੈਂ ਕਹਿੰਦਾ ਤੂੰ ਕਹਿੰਦਾ ਪਕਾਉਂਦੇ ਹੋ? ਮੈਂ ਉਹ ਪੁੱਛਿਆ, ਉਹ ਕਹਿੰਦੇ ਵੀ ਨੁਕਸਾਨਦਾਇਕ ਨਹੀਂ ਹੁੰਦੀ, ਪਰ ਉਹ ਜਦੋਂ ਪਾਣੀ ਚੋਂ ਕੱਢ ਕੇ ਕੇਲਾ ਪਕਾਉਂਦੇ ਨੇ ਵੀ ਉਹ ਨੁਕਸਾਨਦਾਇਕ ਹੁੰਦਾ, ਉਹ ਸੋਰੀ ਕੈਮੀਕਲ ਦੇ ਵਿੱਚ ਡੁੱਬੋ ਕੇ। ਹਾਂਜੀ, ਜ਼ਿਆਦਾ ਰਹਿੰਦੇ ਨੇ ਗੈਸ ਤੇ ਪਕਾਉਂਦੇ, ਜਿੱਦਾਂ ਵੀ ਜਿਹੜਾ ਕੋਲਡ ਰੂਮਾਂ ਦੇ ਵਿੱਚ ਰੱਖਿਓ। ਹਾਂ, ਗੈਸ ਤੇ ਪਕਾਉਂਦੇ, ਨੈਚੁਰਲ ਇੱਕ ਤਰੀਕਾ ਹੀ ਆ ਗਿਆ। ਹਾਂਜੀ, ਬਾਕੀ ਜੇ ਅਸੀਂ ਘਰਾਂ ਵਿੱਚ ਪਕਾਉਂਦੇ ਆ ਆਪਾਂ ਨੂੰ ਇੱਕ ਨੋਰਮਲ ਦਵਾਈ ਲੈ ਲਈਦੀ ਆ। ਤੁਸੀਂ ਕਿੰਨੀ ਕੁ ਖੇਤੀ, ਕਿੰਨੇ ਏਕੜ 'ਚ ਕਰਦੇ ਹੋ ਫਾਰਮਿੰਗ ਆਪਣੀ? ਇੱਥੇ ਫਿਲਹਾਲ ਮੇਕੋ 85 ਏਕੜ ਇੱਥੇ ਰਨ ਚੱਲ ਰਿਹਾ ਹੈ। 85, ਓਕੇ। ਹਾਂਜੀ, 40 ਏਕੜ ਉੱਥੇ ਜਿੱਥੇ ਤੁਸੀਂ ਜਾ ਕੇ ਆਏ ਆ। ਇਹ ਜ਼ਮੀਨ ਉੱਪਰ ਨੀਚੇ ਉੱਪਰ ਨੀਚੇ ਚੱਲ ਪੈਂਦੇ ਟਰੈਕਟਰ ਸੰਦ ਵਗੈਰਾ ਸਾਰੇ? ਉਹ ਚੱਲੀ ਜਾਂਦੀ ਹੈ ਇੱਦੀ। ਹਾਂਜੀ ਹਾਂਜੀ, ਡਰ ਡਰ ਤਾਂ ਨਹੀਂ ਲੱਗਦਾ ਤੁਹਾਨੂੰ? ਹੋ ਜਾਂਦਾ ਹੈਪਨ ਕਰੇ ਕਰੇ ਜੀ, ਹੋ ਜਾਂਦਾ ਟਿੱਡਾ ਟੁੱਡਾ। ਹਾਂਜੀ, ਓਕੇ। ਹਾਂਜੀ, ਪਰ ਥੋੜਾ ਸੇਫਟੀ ਰੱਖਣੀ ਪੈਂਦੀ ਹੈ। ਸੇਫਟੀ ਮਤਲਬ ਇੱਥੇ ਵੈਸੇ ਟੂਲਸ ਵਗੈਰਾ ਨਾਲ ਹੀ ਹੁੰਦੇ ਨੇ ਹਨਾ? ਹਾਂਜੀ, ਜਿਵੇਂ ਹੁਣ ਮੀਂਹ ਵਗੈਰਾ ਉਰੇ ਬਹੁਤ ਆ, ਫਿਰ ਇਹਦਾ ਕਿਵੇਂ ਹੁੰਦਾ ਵਾ ਕੰਮ ਕੁੰਮ, ਘਾਟਾ ਵਧਾ ਕੁਛ? ਆਹੀ ਸਪਰੇ ਵਗੈਰਾ ਨਾ, ਬਾਕੀ ਦਾ ਸਾਰੇ ਕੰਮ ਚੱਲੀ ਜਾਂਦੇ ਨੇ, ਨੋਰਮਲ ਚੱਲੀ ਜਾਂਦੇ। ਹਾਂਜੀ, ਬਾਕੀ ਦਾ ਕਰਨਾ ਹੀ ਪੈਂਦੇ, ਬਾਕੀ ਦਾ ਮੀਂਹ ਇੱਥੋਂ ਚੱਲੀ ਜਾਂਦੇ, ਮੀਂਹ ਹੋਵੇ ਹਨੇਰੀ ਹੋਵੇ ਕਰਨਾ ਹੀ ਪੈਂਦਾ, ਚੱਲੀ ਪੈਂਦੇ, ਚੱਲੀ ਜਾਂਦੇ, ਆਹ ਕਰਨਾ ਪੈਂਦਾ ਆ। ਠੀਕ, ਇੱਥੇ ਫਿਰ ਤੁਹਾਡਾ ਸਾਥ ਕੌਣ ਕੌਣ ਦੇ ਦਿੰਦਾ? ਇੱਥੇ ਮੇਰੀ ਵਾਈਫ ਵੀ ਆਉਂਦੀ ਆ। ਓਕੇ, ਹੈ ਨਾ, ਅਤੇ ਫਿਲਹਾਲ ਮੇਰੀ ਫੈਮਿਲੀ ਆਈ ਉਹ ਕਨੇਡਾ ਤੋਂ ਆਈ, ਮੇਰੀ ਵਾਈਫ ਦੀ ਫਾਦਰ, ਬ੍ਰਦਰ ਲੋ, ਦੋ ਜਣੇ ਆ, ਧੀ ਆ ਜਾਣਾ ਹੁਣ ਉਹਨੂੰ, ਉਹ ਵੀ ਆਇਆ ਨੂੰ ਹੋ ਗਿਆ, ਇੱਕ ਨੂੰ ਸਾਲ ਤੋਂ ਉੱਪਰ ਹੋ ਗਿਆ, ਇੱਕ ਨੂੰ 3 ਮਹੀਨੇ ਹੋਏ ਆ। ਓਕੇ, ਬਾਕੀ ਵਰਕਰ ਹੈਗੇ 3-4 ਰੱਖਿਓ, ਬਾਕੀ ਕੁੜੀਆਂ ਪੈਕਿੰਗ ਕਰਨ ਆਈਆਂ ਨੇ। ਓਕੇ, ਹਾਂਜੀ, ਵਧੀਆ, ਮਤਲਬ ਸੋਹਣਾ ਚੱਲੀ ਜਾਂਦਾ। ਹਾਂਜੀ ਹਾਂਜੀ, ਬਹੁਤ ਵਧੀਆ। ਠੀਕ ਹੈ, ਅਤੇ ਬਾਈ ਜੀ ਜਿਵੇਂ ਹੁਣ ਰੁਜ਼ਗਾਰ ਤੁਸੀਂ ਦਿੰਦੇ, ਫਿਰ ਇਹ ਸਟੂਡੈਂਟ ਵਗੈਰਾ ਵੀ ਕੰਮ ਕਰਦੇ ਤੁਹਾਡੇ ਕੋਲ? ਸਟੂਡੈਂਟ ਅੱਜ ਕੱਲ੍ਹ ਆਉਂਦੇ ਘੱਟ, ਉੱਭਰ ਹੀ ਚਲਾਉਂਦੇ ਆ ਯਾਰ, ਸਟੂਡੈਂਟ ਇੱਧਰ ਖੇਤੀ ਦੇ ਕੰਮ 'ਚ ਭਾਰੇ 'ਚ ਕਿੱਥੇ ਆਉਂਦੇ ਆ। ਹਾਂਜੀ, ਜੇ ਆਉਣ ਤਾਂ ਕੋਈ ਚੱਕਰ ਨਹੀਂ, ਆਪਣੇ ਇੰਡੀਅਨ ਬੰਦਿਆਂ ਨੂੰ ਤਾਂ ਆਪਾਂ ਜਾਣਾ ਹੀ ਆ, ਵਧੀਆ ਆਪਣੇ ਇੰਡੀਅਨ ਬੰਦੇ ਕੰਮ ਨੂੰ ਵਧੀਆ ਆ। ਓਕੇ, ਹਾਂ, ਪਰ ਸਟੂਡੈਂਟ ਘੱਟ ਆਉਂਦੇ ਆ, ਜੇ ਕੋਈ ਆਵੇ ਤਾਂ ਦੇ ਰਾਂ ਕੰਮ ਕੋਈ ਤੇ। ਇਹ ਉਰੇ ਫਾਰਮਿੰਗ ਤੇ ਪੰਜਾਬ ਦੀ ਫਾਰਮਿੰਗ 'ਚ ਫਰਕ ਹੈਗਾ ਕੋਈ? ਖੇਤੀਬਾੜੀ ਸੇਮ ਹੀ ਹੈ ਕਿ ਔਖਾ ਸੌਖਾ ਕੁਛ? ਔਖਾ ਜੀ, ਇੱਥੇ ਇੰਡੀਆ ਆਪਾਂ ਕਿੱਥੇ ਕੰਮ ਕਰ ਰਹੇ ਹਾਂ ਜੀ, ਇਹ ਤਾਂ ਬਸ। ਨਹੀਂ, ਇੰਡੀਆ ਕਿਉਂ ਨਹੀਂ ਕਰਦੇ? ਕਿੰਨਾ ਕੰਮ ਕਰਦੇ ਆਪਾਂ, ਕਣਕ ਇੱਕ ਵਾਰੀ ਬੀਜ ਲਈ ਆ, ਵੱਢ ਲਈ, ਪਾਣੀ ਦੇ ਤਾ। ਉੱਥੇ ਕੀ ਕਹੋਗੇ ਵੀ ਉੱਥੇ ਖੇਤੀ ਸਾਡੀ ਉਸ ਹਿਸਾਬ ਦੀ ਹੈ, ਇੰਡੀਆ ਥੋੜੀ ਜੀ। ਹਾਂ, ਖੇਤੀ ਸਾਡੀ ਹੈਗੀ ਉਸ ਹਿਸਾਬ ਦੀ ਹੈ। ਪੰਜਾਬ 'ਚ ਮੈਂ ਨਹੀਂ ਕਦੇ ਖੇਤ ਨਾ ਨਾ ਮੇਰੇ ਐ ਵੀ ਵੀਰੇ ਦੇਖਿਆ ਹੋਵੇ, ਕੇਲਿਆਂ ਦੀ ਹੈ ਨਹੀਂ ਫਾਰਮਿੰਗ ਹੈਗੀ ਆ, ਪਰ ਆਪਣੇ ਬੰਦੇ ਹੁਣ ਪੰਜਾਬ 'ਚ ਮੈਂ ਬਹੁਤ ਘੱਟ ਦੇਖੀ ਆ। ਹੁਣ ਆਪਣੇ ਬੰਦੇ ਲੱਗੇ ਆ ਕੇਰਲਾ ਦੇ ਵਿੱਚ, ਨਾਰੀਅਲ, ਕੋਕੋਨਟ ਸਾਰਾ ਕੁਝ। ਕੁਛ ਜਗ੍ਹਾ ਹੈਗੀ ਆ, ਕਿੰਨੂ ਤਾਂ ਹੁੰਦੇ ਨੇ ਉੱਥੇ। ਹਾਂਜੀ, ਆਪਣੇ ਦੂਜੇ ਕੋਲ ਵੀ ਲਾਇਆ ਆ, ਕਰਾਲੀ ਰੋਪੜ ਕੋਲ ਵੀ ਬੰਦਿਆਂ ਨੇ ਲਾਇਆ, ਉਹ ਵੀ ਇੱਥੋਂ ਨੌਲੇਜ ਲੈ ਕੇ ਗਏ ਸੀ। ਅੱਛਾ, ਹਾਂ, ਫਿਰ ਉਰੇ ਪੰਜਾਬ ਤੋਂ ਦੇਖਣ ਆਉਂਦੇ ਨੇ ਕੋਈ ਕੁਛ ਸਿੱਖਿਆ, ਜਿਵੇਂ ਨੌਲੇਜ ਲੈ ਕੇ ਗਏ ਨੇ, ਕਿਸ ਚੀਜ਼ ਦੀ ਨੌਲੇਜ ਕਿਵੇਂ ਲੈ ਗਏ? ਬੰਦੇ ਇੱਥੇ ਪੇਰੈਂਟਸ ਵੀ ਆ ਗਏ ਬੱਚਿਆਂ ਦੇ ਮਗਰ, ਉਹਨਾਂ ਨੇ ਇੰਡੀਆ ਖੇਤੀ ਬੜੀ ਤਕੜੀ ਹੈਗੀ ਆ ਪਹਿਲੇ। ਹਾਂਜੀ, ਹੁਣ ਦੇਖਦੇ ਆ ਕਈ ਬੰਦੇ ਕਰਦੇ ਵੀ ਆ ਕੇ ਟਰਾਈ ਕਰਦੇ ਆ। ਓਕੇ, ਬਾਈ ਦਾ ਕਹਿਣਾ ਵੀ ਜਿਵੇਂ ਹੁਣ ਬੱਚਿਆਂ ਦੇ ਪੇਰੈਂਟਸ ਆ ਗਏ ਉਹ ਇੱਥੇ ਆ ਕੇ ਸਿੱਖ ਕੇ ਵੀ, ਕਿਉਂਕਿ ਇੱਥੇ ਟੂਲ ਬਹੁਤ ਜ਼ਿਆਦਾ ਨੇ, ਹਰੇਕ ਚੀਜ਼ ਈਜ਼ੀਲੀ ਪ੍ਰੋਵਾਈਡ ਹੋ ਜਾਂਦੀ ਹੈ ਨਾ, ਤੁਸੀਂ ਕਿਤੇ ਵੀ ਜਾਓ। ਹਾਂਜੀ ਹਾਂਜੀ,
ਕਿਉਂਕਿ ਸਾਨੂੰ ਲੱਭਣੀਆਂ ਨਹੀਂ ਪੈਂਦੀਆਂ ਚੀਜ਼ਾਂ, ਸਰਕਾਰ ਗੌਰਮੈਂਟ ਪ੍ਰੋਵਾਈਡ ਕਰਾਉਂਦੀ ਈਜ਼ੀਲੀ, ਫਿਰ ਇੱਥੇ ਫਾਰਮਿੰਗ ਕਰਨੀ ਈਜ਼ੀਲੀ ਹੈ ਪੰਜਾਬ 'ਚ। ਬਾਈ ਉਹਨਾਂ ਦਾ ਵੀ ਕਹਿਣਾ ਵੀ ਟੂਲ ਨੂੰ ਲੈ ਕੇ, ਖਾਦਾਂ ਨੂੰ ਲੈ ਕੇ, ਤੁਹਾਨੂੰ ਪਤਾ ਹੀ ਹੈ ਨਾ ਵੀ ਕਿੰਨਾ ਸਟਰਗਲ ਕਰਨਾ ਪੈਂਦਾ। ਨੌਲੇਜ ਦਿੰਦੇ ਵਾ ਜਿਹੜੇ ਫਰਟੀਲਾਈਜ਼ਰ ਵੇਚਣ ਜਿਹੜੇ ਸੇਲਸਮੈਨ, ਉਹ ਕਾਫੀ ਗੱਲਾਂ ਦੱਸ ਜਾਂਦੇ ਆ। ਇੱਥੇ ਜਿਵੇਂ ਕਹਿ ਲਓ ਕੀਟਨਾਸ਼ਕ ਉਹ ਚੀਜ਼ਾਂ ਨੂੰ ਸਪਰੇਹਾਂ ਨੁਕਸਾਨ ਤਾਂ ਨਹੀਂ ਕਰਦੀਆਂ ਫਲ ਫਰੂਟਾਂ ਨੂੰ? ਨਹੀਂ, ਇੱਥੇ ਜ਼ਿਆਦਾ ਡੇਂਜਰ ਜਿਹੜੀ ਉਹ ਰੱਖਦੇ ਨਹੀਂ, ਸਪਰੇਹਾਂ ਬੈਨ ਕਰੀ ਜਾਂਦੀ ਜਿਹੜੀ। ਹਾਂਜੀ, ਜਿੱਦਾਂ ਹੁਣ ਕਾਫੀ ਸਪਰੇਹਾਂ ਹੁਣ ਅੱਜ ਤੋਂ ਜਿਹੜੀ ਆਪਾਂ ਪਹਿਲਾਂ 5-4 ਸਾਲ ਪਹਿਲਾਂ ਯੂਜ਼ ਕਰਦੇ ਸੀ, ਜਿੱਦਾਂ ਜਿੱਦਾਂ ਉਹਨਾਂ ਨੂੰ ਰਿਜ਼ਲਟ ਬੈਡ ਆਈ ਜਾਂਦੇ ਆ, ਸਟੋਪ ਕਰੀ ਜਾਂਦੇ ਉਹਨਾਂ ਨੂੰ, ਜਿਹੜੇ ਕੋਈ ਹੋਰ ਲੈ ਕੇ ਆਈ ਜਾਂਦੇ ਆ। ਓਕੇ, ਪਰ ਇੱਦਾਂ ਨਹੀਂ ਵੀ ਟੋਟਲੀ ਬੰਦ ਕਰਤੀ, ਉਹਦਾ ਕੋਈ ਰਿਜ਼ਲਟ ਨਹੀਂ ਦਊਗੇ, ਕੋਈ ਉਹਦੀ ਜਗ੍ਹਾ ਲੈ ਕੇ ਨਹੀਂ ਦਊਗੀ, ਕੋਈ ਨਾ ਕੋਈ ਦੋ ਗਿਰਵਾਈ ਹੋਰ ਦੇ ਦਿੰਦੇ ਆ। ਓਕੇ, ਹਾਂਜੀ। ਅਤੇ ਤੁਸੀਂ ਮਤਲਬ ਸਵੇਰੇ ਕਿੰਨੇ ਵਜੇ ਸ਼ੁਰੂ ਕਰ ਲੈਂਦੇ ਹੋ ਆਪਣਾ ਕੰਮ? ਰਾਤੀ ਤਾਂ ਸਾਡਾ ਜੀ ਲੇਟ ਆਏ ਹਾਂ, ਇੱਧਰ ਆਪਣੀ ਮਰਜ਼ੀ ਹੈ ਮੇਰੀ। ਓਕੇ, ਹਾਂ, ਪਰ ਨੋਰਮਲ ਅਸੀਂ 7 ਵਜੇ ਸ਼ੁਰੂ ਕਰ ਲਈਦਾ ਕੰਮ। ਫਿਰ ਕਿੰਨੇ ਕੁ ਖਤਮ ਕਰਦੇ? ਕੋਈ 4:15 ਬੰਦ ਕਰ ਲਈਦਾ। ਪੌਣੇ 4 ਜਾਣ ਕੇ ਵਰਕਰ ਬੰਦ ਕਰ ਲੈਂਦੇ, ਮੇਰਾ ਤਾਂ ਕੋਈ ਟਾਈਮ ਨਹੀਂ ਹੈਗਾ, ਮੈਂ ਤੁਹਾਨੂੰ ਕਹਾਂ ਅਸੀਂ ਤਾਂ ਕਈ ਵੇਲੇ 6:30 ਵੀ ਪੀ ਜਾਂਦੇ, ਕਈ ਵਾਰੀ ਦਿਲ ਕਰੇ 2 ਵਜੇ ਵੀ ਚਲਦੀ ਦਾ। ਠੀਕ ਹੈ, ਅਤੇ ਬਾਈ ਜੀ ਉਹਨਾਂ ਨਾਲ ਗੱਲ ਕਰਕੇ ਬਹੁਤ ਵਧੀਆ ਲੱਗਿਆ, ਮੇਰਾ ਵੀ ਦਿਲ ਕਰਦਾ ਖੇਤੀ ਕਰਨ ਨੂੰ, ਕਿਉਂਕਿ ਪਹਿਲਾਂ ਬਾਪੂ ਉਹਨਾਂ ਨਾਲ ਜਾਂਦੇ ਰਹਿੰਦੇ ਸੀ। ਸੋ ਬਾਈ ਜੀ ਉਹਨਾਂ ਨਾਲ ਗੱਲ ਕਰਕੇ ਬਹੁਤ ਵਧੀਆ ਲੱਗਿਆ, ਤੁਸੀਂ ਕਮੈਂਟ ਕਰਕੇ ਦੱਸਿਓ ਵੀ ਤੁਹਾਨੂੰ ਕਿਵੇਂ ਦਿਲ ਲੱਗਿਆ ਖੇਤੀ ਦੇ ਨਾਲ ਜੁੜੀ ਹੋਈ ਗੱਲਾਂ ਬਾਤਾਂ, ਕੁਛ ਨੌਲੇਜ ਮਿਲੀ ਜਾਂ ਕੁਛ ਬਾਈ ਨੂੰ ਸੁਜੈਸਟ ਜਾਂ ਕੁਛ ਬਾਈ ਨੂੰ ਦੇਣਾ ਚਾਹੋਗੇ, ਕੀ ਕਹਿਣਾ ਚਾਹੋਗੇ? ਦੱਸਦੇ ਰਹੋ, ਕਹਿੰਦੇ ਰਹੋ, ਲਾਈਕ ਕਰਦੇ ਰਹੋ, ਸਬਸਕ੍ਰਾਈਬ ਕਰਦੇ ਰਹੋ, ਸ਼ੇਅਰ ਕਰਦੇ ਰਹੋ ਅਤੇ ਆਪਣਾ ਪਿਆਰ ਸਾਨੂੰ ਦਿੰਦੇ ਰਹੋ। ਤੁਸੀਂ ਕਹਿ ਦਿਓ ਕਿ ਦੇਖਦੇ ਰਹੋ ਰੱਬੋਂ ਟੀਵੀ, ਦੇਖਦੇ ਰਹੋ ਰੱਬੋਂ ਟੀਵੀ। ਬਹੁਤ ਬਹੁਤ ਧੰਨਵਾਦ ਤੁਹਾਡਾ, ਅਜਲੀ ਵਸੇ ਨਹੀਂ ਮੈਨੂੰ ਯਾਨੀ ਕਿ ਨਵੀਂ ਮਾਜਰਨ ਦੀ ਇਜਾਜ਼ਤ। ਬਹੁਤ ਬਹੁਤ ਧੰਨਵਾਦ।